ਤੁਹਾਡੀ ਮੁਲਾਕਾਤ ਅੱਜ ਉਹਨਾਂ ਲੋਕਾਂ ਨਾਲ ਕਰਵਾਵਾਂਗੇ ਜਿਹੜੇ ਲੋਕ ਆਪਣੀਆਂ ਅੱਖਾਂ ਨੂੰ ਲੈ ਕੇ ਜਿਹੜੇ ਪਰੇਸ਼ਾਨ ਹੈਗੇ ਨੇ, ਜਿਨ੍ਹਾਂ ਦੀਆਂ ਪਰੇਸ਼ਾਨੀਆਂ ਬਹੁਤ ਥਾਵਾਂ ਦੇ ਉੱਤੋਂ ਬਹੁਤ ਪੈਸਾ ਖਰਚ ਕਰਕੇ ਬਹੁਤ ਸਮਾਂ ਬਰਬਾਦ ਕਰਕੇ ਵੀ ਠੀਕ ਨਹੀਂ ਹੋਈਆਂ। ਤੁਹਾਡੇ ਨਾਲ ਵੀ ਉਹੀ 20 ਮਿੰਟ 25 ਮਿੰਟ ਵਾਲਾ ਹੀ ਕੰਮ ਹੋਇਆ ਦਵਾਈ ਪਾਉਣ ਤੋਂ ਬਾਅਦ? ਹਾਂਜੀ। ਕੀ ਹੋਇਆ ਸੀ? ਦਵਾਈ ਪਾਈ ਅਤੇ ਉਹਦੇ ਨਾਲ ਨਿਗਾਹ ਮੈਨੂੰ ਲੈਣ ਦਿਖਣ ਲੱਗ ਗਈ ਸੀ। ਪਹਿਲੇ 20% ਹੋਈ, ਫਿਰ 30% ਹੋਈ, ਹੁਣ 90% ਹੋ ਗਈ ਹੈ। ਹਾਂਜੀ, ਡਾਕਟਰ ਸਾਹਿਬ ਨੇ ਸਾਡੇ ਲਈ ਰੱਬ ਬਣਾਏ। ਅਤੇ ਡਾਕਟਰਾਂ ਨੂੰ ਪੁੱਛਣਾ ਕੋਈ ਆਪਰੇਸ਼ਨ ਕਰੋ, ਕੁਛ ਕਰੋ, ਲੈਂਸ ਪਾਓ, ਕੁਛ ਕਰੋ, ਕਹਿੰਦੇ ਨਾ ਪਿੱਛੇ ਲਾਈਟ ਹੀ ਖਤਮ ਹੋ ਗਈ ਹੈ, ਲਾਈਟ ਹੀ ਹੈ ਨਹੀਂ ਪਿੱਛੇ। ਕੋਈ ਪੈਸਾ ਨਹੀਂ ਲਿਆ ਅਤੇ ਅਸੀਂ ਤਾਂ ਜਿੰਨਾ ਅਸੀਂ ਸਹਾਰ ਨਹੀਂ ਉਹਨਾਂ ਦੇ ਭੁਲਾ ਸਕਦੇ। ਸਾਡੇ ਪਾਸੇ ਰੱਬ ਬਣਿਆ ਸਾਡੇ, ਜਿਹਨਾਂ ਦੁਨੀਆ ਦਿਖਾਤੀ ਸਾਨੂੰ। ਸ਼ਬਦ ਨਹੀਂ ਮਿਲ ਰਹੇ ਮੈਨੂੰ ਤੇ ਕਹਿਣ ਨੂੰ, ਇੱਥੇ ਕੀ ਕਹਾਂਗੇ ਜੀ, ਕੋਈ ਕੁਛ ਨਹੀਂ ਕਹਿ ਸਕਦਾ। ਇਹ ਤਾਂ ਪਰਮਾਤਮਾ ਦੀ ਕਿਰਪਾ ਹੀ ਇਹਨਾਂ 'ਤੇ ਵੀ ਹੋਈ, ਸਮਝੋ ਵੀ ਜੇ ਸਾਡੇ ਹੱਥਾਂ ਨਾਲ ਇਹਨਾਂ ਦਾ ਭਲਾ ਹੋਇਆ। ਮੈਨੂੰ ਤਾਂ ਰਸਤੇ ਜਾਂਦੇ ਸਾਂਡ ਵੀ ਨਹੀਂ ਦਿਖਦੇ ਸੀਗੇ ਜੀ ਰਾਤ ਨੂੰ, ਹੁਣ ਮੈਨੂੰ ਸਭ ਕੁਝ ਦਿਖਦਾ ਰਾਤ ਨੂੰ ਵੀ। ਮੇਰੀ ਜੀ ਅੱਖਾਂ ਦੀ ਪਿੱਛੋਂ ਲਾਈਟ ਨਹੀਂ ਹੈ ਜੀ, ਇਹਦਾ ਕੋਈ ਆਲਡੋ ਵਾਲਡ ਜੀ ਇਲਾਜ ਨਹੀਂ ਹੈ। ਹਾਂਜੀ, ਜਦੋਂ ਮੈਂ ਪਹਿਲੀ ਵਾਰੀ ਆਇਆ ਤਾਂ ਮੈਨੂੰ ਇੱਕ ਅੱਖਰ ਵੀ ਨਹੀਂ ਦਿਖਦਾ ਸੀ ਜੀ, ਹੁਣ ਮੈਂ 6-7 ਲਾਈਨਾਂ ਪੜੀਆਂ ਨੇ ਜੀ। ਬਸ ਆਈਡੀ ਨਾਲ ਹੀ, ਮਤਲਬ ਕੋਈ ਇਹਨਾਂ ਨੂੰ ਗਾਂ ਨਹੀਂ ਦਿਖਦੀ ਸੀ, ਕੋਈ ਇਹਨਾਂ ਹਨੇਰੇ ਹੋਣ 'ਤੇ ਤਾਂ ਇਹ ਬਾਹਰ ਜਾਂਦੇ ਹੀ ਨਹੀਂ ਸੀਗੇ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ, ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਨੈਚੁਰਲ ਵਿਜ਼ਨ ਸੈਂਟਰ ਪਟਿਆਲਾ ਸਰਹੰਦ ਰੋਡ ਦੇ ਪਿੰਡ ਬਾਰਨ ਦੇ ਵਿੱਚ ਜਿਹੜਾ ਸਥਿਤ ਹੈਗਾ। ਤੁਹਾਡੀ ਮੁਲਾਕਾਤ ਅੱਜ ਉਹਨਾਂ ਲੋਕਾਂ ਨਾਲ ਕਰਵਾਵਾਂਗੇ ਜਿਹੜੇ ਲੋਕ ਆਪਣੀਆਂ ਅੱਖਾਂ ਨੂੰ ਲੈ ਕੇ ਜਿਹੜੇ ਪਰੇਸ਼ਾਨ ਹੈਗੇ ਨੇ, ਜਿਨ੍ਹਾਂ ਦੀਆਂ ਪਰੇਸ਼ਾਨੀਆਂ ਬਹੁਤ ਥਾਵਾਂ ਦੇ ਉੱਤੋਂ ਬਹੁਤ ਪੈਸਾ ਖਰਚ ਕਰਕੇ ਬਹੁਤ ਸਮਾਂ ਬਰਬਾਦ ਕਰਕੇ ਵੀ ਠੀਕ ਨਹੀਂ ਹੋਈਆਂ, ਪਰ ਤੁਹਾਨੂੰ ਅੱਜ ਉਹਨਾਂ ਲੋਕਾਂ ਨੂੰ ਮਿਲਵਾਵਾਂਗੇ ਜਿਹੜੇ ਲੋਕ ਇਸ ਵੇਲੇ ਇਸ ਥਾਂ ਦਾ ਫਾਇਦਾ ਲੈ ਚੁੱਕੇ ਨੇ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ। ਤੁਹਾਡੀ ਮੁਲਾਕਾਤ ਇੱਕ ਹੋਰ ਸਾਡੀ ਭੈਣ ਨਾਲ ਕਰਵਾ ਰਹੇ ਹਾਂ। ਕੀ ਨਾਂ ਹੈ ਜੀ ਤੁਹਾਡਾ? ਨਾਂ ਕਿਰਨ ਜੋਤੀ ਹੈ। ਅੱਛਾ, ਕਿੱਥੋਂ ਆਏ ਹੋ? ਅਸੀਂ ਜੰਮੂ ਤੋਂ ਆਏ ਹਾਂ। ਜੰਮੂ ਤੋਂ ਆਏ ਹੋ? ਹਾਂਜੀ। ਅੱਛਾ, ਕੀ ਹੋਇਆ ਸੀ ਤੁਹਾਡੇ ਨਾਲ? ਸਾਨੂੰ ਕਰੰਟ ਲੱਗਾ ਸੀ ਅਤੇ ਉਹਦੇ ਨਾਲ ਨਿਗਾਹ ਮੇਰੀ ਘਟਦੀ ਗਈ ਸੀ। ਅਤੇ ਕਰੰਟ ਕਿਵੇਂ ਲੱਗ ਗਿਆ ਭੈਣ ਜੀ? ਕਰੰਟ ਬਸ ਇੱਦਾਂ ਹੀ, ਘਰ ਰੋਟੀ ਬਣਾਉਂਦੀ ਸੀ, ਹੀਟਰ ਨਾਲ ਲੱਗ ਗਿਆ ਸੀ। ਅੱਛਾ, ਹੀਟਰ ਨਾਲ ਲੱਗ ਗਿਆ। ਹਾਂਜੀ। ਤੇ ਫਿਰ ਕਿੰਨਾ ਟਾਈਮ ਚਿੰਬੜੇ ਰਹੇ ਤੁਸੀਂ? ਕੋਈ 5 ਮਿੰਟ ਹਰਾ। ਓਹੋ, 5 ਮਿੰਟ ਲਗਾਤਾਰ ਤੁਸੀਂ ਕਰੰਟ ਦੀ ਚਪੇਟ 'ਚ ਆਏ, ਕਿਸੇ ਨੇ ਹਟਾਇਆ ਨਹੀਂ ਕੁਛ? ਘਰੇ ਨਹੀਂ। ਅੱਛਾ, ਘਰੇ ਨਹੀਂ ਹੈਗਾ ਸੀ। ਫਿਰ ਨਿਗਾਹ ਕਿਵੇਂ ਘਟਦੀ ਘਟੀ? ਫਿਰ ਘਟਦੀ ਗਈ। ਫਿਰ ਅਸੀਂ ਡਾਕਟਰਾਂ ਕੋਲ ਗਏ ਅਤੇ ਫਿਰ ਉਹਨਾਂ ਨੇ ਐਨਕ ਲਗਾ ਦਿੱਤੀ। ਅੱਛਾ, ਐਨਕ ਲਗਾਈ ਅਤੇ ਫਿਰ ਐਨਕ ਲਗਾਏ ਦੇ ਵੀ ਬਾਅਦ ਵਿੱਚ ਨਿਗਾਹ ਘਟਦੀ ਗਈ। ਅੱਛਾ, ਨਿਗਾਹ ਘਟਦੀ ਗਈ, ਫਿਰ ਨਹੀਂ ਵਧੀ। ਫਿਰ ਮੇਰੇ ਹਸਬੈਂਡ ਦੇ ਨਾਲ ਕੋਈ ਕੰਮ ਕਰਦੇ ਸੀ ਇੱਧਰ, ਫਿਰ ਉਹਨਾਂ ਨੇ ਯੂਟਿਊਬ 'ਤੇ ਵੀਡੀਓ ਦੇਖੀ ਡਾਕਟਰ ਸਾਹਿਬ ਹੁੰਦੀ, ਉਹਨਾਂ ਨੇ ਸਾਨੂੰ ਇੱਧਰ ਭੇਜ ਦਿੱਤਾ ਅਤੇ ਫਿਰ ਅਸੀਂ ਵੀ ਵੀਡੀਓ ਦੇਖੀ ਇਹਨਾਂ ਦੀ, ਤਾਂ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਡਾਕਟਰ ਸਾਹਿਬ ਹੁੰਦੇ ਕਿ ਮੇਰੀ ਨਿਗਾਹ ਵਾਪਸ ਆ ਗਈ ਹੈ, ਹੁਣ ਮੈਂ ਠੀਕ ਹੋ ਗਈ ਹਾਂ। ਤੁਸੀਂ ਖਾਸ ਜੰਮੂ ਤੋਂ? ਹਾਂਜੀ ਹਾਂਜੀ। ਫਿਰ ਜਦੋਂ ਤੁਹਾਡੀ ਨਿਗਾਹ ਡਾਊਨ ਹੋਣੀ ਸ਼ੁਰੂ ਹੋਈ, ਕਿੱਥੇ ਕਿੱਥੇ ਤੁਸੀਂ ਮਤਲਬ ਦਿਖਾਇਆ? ਅਸੀਂ ਜੰਮੂ 'ਚ ਕਾਫੀ ਜਗ੍ਹਾ ਗਏ ਸੀ। ਹਾਂਜੀ। ਕਿਸੇ ਪਾਸੇ ਕੋਈ ਫਰਕ ਨਹੀਂ ਪਿਆ? ਨਹੀਂ, ਹੋਰ ਨਿਗਾਹ ਘਟਦੀ ਗਈ ਸੀ। ਅਤੇ ਫਿਰ ਇੱਥੇ ਕੀ ਹੋਇਆ ਜਦੋਂ ਤੁਸੀਂ ਇੱਥੇ ਆਏ? ਜਦੋਂ ਅਸੀਂ ਪਹਿਲੀ ਵਾਰ ਇੱਥੇ ਆਏ, ਇਹਨਾਂ ਨੇ ਸਾਨੂੰ ਮੈਡੀਸਿਨ 'ਚ ਦਵਾਈ ਪਾਈ ਸੀ, ਉਹਦੇ ਨਾਲ ਇੱਕ ਲਾਈਨ ਮੈਨੂੰ ਲੱਭੀ ਸੀ। ਜੇ ਦੂਸਰੀ ਵਾਰ ਆਈ ਤਾਂ ਤੁਹਾਡੀ ਐਨਕ ਲੱਗੀ ਨਹੀਂ ਹੋਈ? ਨਹੀਂ, ਉਤਾਰ ਦਿੱਤੀਆਂ ਐਨਕਾਂ ਡਾਕਟਰ ਸਾਹਿਬ ਉਹਨਾਂ ਨੇ। ਇਹਨਾਂ ਨੇ ਉਤਾਰਤੀਆਂ? ਹਾਂਜੀ, ਐਨਕਾਂ ਉਤਰ ਗਈਆਂ ਤੁਹਾਡੀਆਂ? ਹਾਂਜੀ। ਮੈਂ ਤਾਂ ਯਕੀਨ ਨਹੀਂ ਕਰਦਾ ਜੀ, ਹੁਣ ਜਿਹੜਾ ਤੁਸੀਂ ਕਹਿ ਰਹੇ ਵੀ ਪਹਿਲਾਂ ਡਾਊਨ ਹੁੰਦੀ ਹੁੰਦੀ ਡਾਊਨ ਹੋ ਗਈ ਅਤੇ ਹੁਣ ਡਾਕਟਰ ਸਾਹਿਬ ਨੇ ਤੁਹਾਡੀ ਐਨਕਾਂ ਵੀ ਉਤਾਰਤੀਆਂ? ਹਾਂਜੀ, ਇਹਨਾਂ ਨੇ ਮੈਡੀਸਿਨਸ ਦਿੱਤੇ ਸਾਨੂੰ, ਦਵਾਈ ਦਿੱਤੀ, ਉਹਦੇ ਨਾਲ ਸਾਡੀ ਨਿਗਾਹ ਵਧਦੀ ਗਈ। ਪਹਿਲੇ 20% ਹੋਈ, ਫਿਰ 30% ਹੋਈ, ਹੁਣ 90% ਹੋ ਗਈ ਹੈ। ਹਾਂਜੀ, ਡਾਕਟਰ ਸਾਹਿਬ ਨੇ ਸਾਡੇ ਲਈ ਰੱਬ ਬਣਾਏ, ਅਸੀਂ ਹਮੇਸ਼ਾ ਆਖਾਂਗੇ ਬਹੁਤ ਅੱਛੇ ਡਾਕਟਰ ਨੇ। ਹਾਂਜੀ, ਪਰ ਬਹੁਤ ਧੰਨਵਾਦ ਇਹਨਾਂ ਦਾ, ਡਾਕਟਰ ਸਾਹਿਬ ਹੁੰਦਾ ਕਿ ਜਿਨ੍ਹਾਂ ਨੇ ਸਾਡੀ ਨਿਗਾਹ ਵਾਪਸ ਲਿਆ ਦਿੱਤੀ ਹੈ। ਤੁਹਾਡੇ ਨਾਲ ਵੀ ਉਹੀ 20 ਮਿੰਟ 25 ਮਿੰਟ ਵਾਲਾ ਹੀ ਕੰਮ ਹੋਇਆ ਦਵਾਈ ਪਾਉਣ ਤੋਂ ਬਾਅਦ? ਹਾਂਜੀ। ਕੀ ਹੋਇਆ ਸੀ? ਦਵਾਈ ਪਾਈ ਅਤੇ ਉਹਦੇ ਨਾਲ ਨਿਗਾਹ ਮੈਨੂੰ ਲੈਣ ਦਿਖਣ ਲੱਗ ਗਈ ਸੀ ਸਾਫ਼। ਭਰੋਸਾ ਹੋਇਆ ਸੀ ਆਪਣੀ ਅੱਖਾਂ ਤੇ? ਪੂਰਾ। ਆਪਣੀ ਅੱਖਾਂ ਤੇ ਭਰੋਸਾ ਹੋ ਗਿਆ ਸੀ ਮੈਨੂੰ ਦਿਖਣ ਲੱਗ? ਪੂਰਾ ਪੂਰਾ ਯਕੀਨ ਹੋ ਗਿਆ ਕਿ ਮੈਂ ਠੀਕ ਹੋ ਜਾਵਾਂਗੀ। ਅੱਛਾ, ਕਿੰਨਾ ਟਾਈਮ ਹੋ ਗਿਆ ਹੁਣ ਤੁਹਾਨੂੰ?
ਸਾਨੂੰ 3 ਮਹੀਨੇ ਹੋ ਗਏ ਹਾਂਜੀ 3 ਮਹੀਨੇ ਚ ਇੰਨਾ ਵਾਰ ਜ਼ਿਆਦਾ ਫਰਕ ਹੋ ਗਿਆ ਹਾਂਜੀ ਪ੍ਰੋਬਲਮ ਕਿੰਨੇ ਟਾਈਮ ਦੀ ਸੀ ਤੁਹਾਨੂੰ ਸਾਨੂੰ ਕਾਫੀ 5-6 ਸਾਲ ਦੀ ਜੀ 5-6 ਸਾਲ ਦੀ ਪ੍ਰੋਬਲਮ ਜੀ ਕੀ ਨਾਮ ਹੈ ਤੁਹਾਡਾ ਬਲਵੀਰ ਰਾਜ ਜੀ ਅੱਛਾ ਕੀ ਪ੍ਰੋਬਲਮ ਹੋਈ ਸੀ ਗੁੜੀਆਂ ਨੂੰ ਹਾਂਜੀ ਕਰੰਟ ਲੱਗਾ ਸੀ ਬਿਜਲੀ ਦਾ ਅੱਛਾ ਤੇ ਉਸ ਤੋਂ ਬਾਅਦ ਤੁਸੀਂ ਵੀ ਜੰਮੂ ਤੋਂ ਹਾਂ ਜੰਮੂ ਦੀ ਬੇਟੀ ਹੈ ਮੇਰੀ ਹੈ ਨਾ ਅੱਛਾ ਹਾਂਜੀ ਤੇ ਜੰਮੂ 'ਚ ਫਿਰ ਸਾਰੇ ਡਾਕਟਰ ਕੋਲ ਘੁੰਮਿਆ ਸੀ ਤੇ ਉਹਨਾਂ ਥੋੜ੍ਹੀ ਨਜ਼ਰ ਕਰ ਥੋੜ੍ਹੀ ਬਹੁਤੀ ਜਿਹੜੀ ਆ ਇਹ ਐਨਕਾਂ ਲਵਾ ਦਿੱਤੀਆਂ ਐਨਕਾਂ ਲਾਉਣ ਤੋਂ ਬਾਅਦ ਨਜ਼ਰ ਘੱਟਦੀ ਘੱਟਦੀ ਇੱਕ ਤਾਂ ਬਿਲਕੁਲ 0 ਹੋ ਗਈ ਇੱਕ 'ਚ ਕੁਛ ਪਰਸੈਂਟ ਹੈ ਇਹ ਅਤੇ ਮਤਲਬ ਲੱਭਣਾ ਬਿਲਕੁਲ ਬੰਦ ਹੋ ਗਿਆ ਅਤੇ ਡਾਕਟਰਾਂ ਨੂੰ ਪੁੱਛਣਾ ਕੋਈ ਆਪਰੇਸ਼ਨ ਕਰੋ ਕੁਛ ਕਰੋ ਲੈਂਸ ਪਾਓ ਕੁਛ ਕਰੋ ਕਹਿੰਦੇ ਨਾ ਪਿੱਛੇ ਲਾਈਟ ਹੀ ਖਤਮ ਹੋ ਗਈ ਹੈ ਲਾਈਟ ਹੀ ਹੈ ਨਹੀਂ ਪਿੱਛੇ ਹਾਂਜੀ ਅਤੇ ਛੋਟੇ ਛੋਟੇ ਬੱਚੇ ਨੇ ਜਿਹੜਾ ਜਵਾਈ ਸਾਡਾ ਉਹ ਵਿਚਾਰਾ ਫੈਕਟਰੀ 'ਚ ਕੰਮ ਕਰਦਾ ਅਤੇ ਫਿਰ ਸਾਨੂੰ ਉਹਦਾ ਵੀ ਬਹੁਤ ਸ਼ੁਕਰ ਗੁਜ਼ਾਰ ਆ ਕਿ ਜਿਹਨਾਂ ਸਾਨੂੰ ਦੱਸਿਆ ਅਤੇ ਫਿਰ ਅਸੀਂ ਪੁੱਛਦੇ ਪੁੱਛਦੇ ਡਾਕਟਰ ਸਾਹਿਬ ਕੋਲ ਪੁੱਜੇ ਅਤੇ ਪਹਿਲਾਂ ਡਾਕਟਰ ਸਾਹਿਬ ਕੋਲ ਥੋੜ੍ਹਾ ਸਿਰ ਲਾ ਬੈਠੇ ਕਿ ਨਹੀਂ ਅਤੇ ਫਿਰ ਮੈਂ ਕਰੋ ਮਿਹਰਬਾਨੀ ਬੜੀ ਦੂਰੋਂ ਆਇਆ ਆਸ ਕਰਕੇ ਫਿਰ ਕਹਿੰਦੇ ਬੈਠੋ ਅਤੇ ਮਤਲਬ ਇੱਕ ਵਾਰ ਤਾਂ ਡਾਕਟਰ ਸਾਹਿਬ ਨੇ ਵੀ ਜਵਾਬ ਦਿੱਤਾ ਹਾਂ ਪਹਿਲਾਂ ਕਹਿੰਦੇ ਵੀ ਹੈ ਨਹੀਂ ਕੋਈ ਹੈ ਕੁਛ ਨਹੀਂ ਡਾਕਟਰ ਸਾਹਿਬ ਕਹਿੰਦੇ ਬਚਪਨ ਦੀ ਪ੍ਰੋਬਲਮ ਹੈ ਇਹ ਹੈ ਹੀ ਨਹੀਂ ਨਜ਼ਰ ਹੈ ਹੀ ਨਹੀਂ ਮੈਂ ਮੰਨ ਨਹੀਂ ਸਕਦੇ ਕਿ ਨਜ਼ਰ ਹੈ ਹੀ ਨਹੀਂ ਨਜ਼ਰ ਇਹਨਾਂ ਨੇ ਪਹਿਲਾਂ ਇਹ ਗੱਲ ਕਹੀ ਅਤੇ ਫਿਰ ਸਾਨੂੰ ਉਹਨਾਂ ਕਿਹਾ ਚਲੋ ਬੈਠੋ ਦੇਖਦੇ ਹਾਂ ਅਤੇ ਸਾਡੇ ਪਾਸੇ ਡਾਕਟਰ ਆਮ ਜਨਤਾ ਵਾ ਸਾਡੇ ਪਾਸੇ ਰੱਬ ਨੇ ਹਾਂਜੀ ਜਿਹਨਾਂ ਦੌਰਾ ਸਾਡੀ ਬੇਟੀ ਨੂੰ ਦੁਨੀਆ ਦਿਖਾਤੀ ਕੋਈ ਓਪਰੇਸ਼ਨ ਨਹੀਂ ਕੋਈ ਕੁਛ ਨਹੀਂ ਕੁਛ ਨਹੀਂ ਆਣ ਕੇ ਵੀ ਤੁਹਾਡੇ 'ਤੇ ਦੇਖਣਾ 0% ਆ ਜੀ 90% ਆ ਜੀ ਟੈਸਟ ਵਿੱਚ ਹਾਂਜੀ ਟੈਸਟ ਹੋਇਆ ਹਾਂਜੀ ਅਤੇ ਉਹੀ 20-25 ਮਿੰਟਾਂ ਵਾਲੀ ਜਿਹੜਾ ਤੁਹਾਨੂੰ ਵੀਡੀਓ ਦੇਖੀ ਸੀ ਉਹੀ 20-25 ਮਿੰਟਾਂ ਦੇ ਵਿੱਚ ਹੀ ਵਾਪਸ ਆਉਣੀ ਸ਼ੁਰੂ ਹੋ ਗਈ ਸੀ ਨਿਗਾਹ ਇਹਨਾਂ ਦੀ ਹਾਂਜੀ ਕੀ ਹੋਇਆ ਸੀ ਜਦੋਂ ਨਿਗਾਹ ਪਾਈ ਇਹਨਾਂ ਦੇ ਬੂੰਦਾਂ ਪਾਈਆਂ ਪਹਿਲਾਂ ਜਦੋਂ ਟੈਸਟ ਲਿਆ ਤਾਂ 0% ਜੀ ਡੈਡੀ ਕੁਛ ਨਹੀਂ ਨਜ਼ਰ ਆ ਰਿਹਾ ਸੀ ਨਾ ਤਾਂ ਉਸ ਤੋਂ ਬਾਅਦ ਇੱਥੇ ਨਾ ਦਵਾਈ ਪਾਈ ਉਸੇ ਮੌਕੇ ਉਹਨਾਂ ਦੀ ਨਜ਼ਰ ਨਾ ਜਿਹੜੀ 20% ਬਣ ਗਈ ਇੱਥੇ ਇੱਕ ਵਾਰ ਦਵਾਈ ਪਾਉਣ ਪਹਿਲੀ ਵਾਰ 'ਚ ਭਰੋਸਾ ਹੋਇਆ ਸੀ ਤੁਹਾਨੂੰ ਹਾਂਜੀ ਫਿਰ ਪੂਰਾ ਵਿਸ਼ਵਾਸ ਆ ਅਸੀਂ ਤਾਂ ਦੇਖੋ ਬੈਗ ਭੇਜਦਾ ਸਾਡੇ ਜੰਮੂ ਤੋਂ ਕੱਲ੍ਹ ਸਵੇਰ ਦੇ ਚੱਲੇ ਦੇ ਹਾਂ ਆਹ ਤਾਂ ਸਵੇਰੇ ਇੱਥੇ ਪੁੱਜਣੇ ਹਾਂ ਹੁਣ ਕੱਲ੍ਹ ਘਰ ਪੁੱਜਣਾ ਅਤੇ ਆਹ ਤਾਂ ਸਾਨੂੰ ਹੁਣ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਆਪਣਾ ਘਰ ਆ ਸਰ ਅਸੀਂ ਪੈਸੇ ਪੂਸੇ ਤਾਂ ਨਹੀਂ ਲੈਂਦੇ ਡਾਕਟਰ ਸਾਹਿਬ ਪੈਸੇ ਲੈ ਰਹੇ ਮਾਰਾ ਹੀ ਨਾ ਬਿਲਕੁਲ ਨਹੀਂ ਆ ਕੋਈ ਪੈਸਾ ਨਹੀਂ ਲਿਆ ਅਤੇ ਅਸੀਂ ਤਾਂ ਜਿੰਨਾ ਅਸੀਂ ਸਹਾਣੇ ਇਹਨਾਂ ਦੇ ਭੁਲਾ ਸਕਦੇ ਸਾਡੇ ਪਾਸੇ ਰੱਬ ਬਣਿਆ ਸਾਡੇ ਜਿਹਨਾਂ ਦੁਨੀਆ ਦਿਖਾਤੀ ਸਾਨੂੰ ਕੀ ਕਹਿ ਰਹੇ ਹੋ ਜੀ ਸਾਨੂੰ ਫ੍ਰੀ ਦਵਾਈ ਦਿੱਤੀ ਇਹਨਾਂ ਨੇ ਕੋਈ ਪੈਸਾ ਨਹੀਂ ਲਿਆ ਨਹੀਂ ਸਾਡੇ ਕੋਲ ਕੋਈ ਪੈਸਾ ਨਹੀਂ ਲਿਆ ਲੇਕਿਨ ਇੱਥੇ ਤਾਂ ਨਜ਼ਰਾ ਟੈਸਟ ਕਰਨ ਦੇ ਵੀ ਪੈਸੇ ਲੈ ਲੈਂਦੇ ਨੇ ਜੀ ਨਹੀਂ ਲਿਆ ਇਹਨਾਂ ਨੇ ਬਾਹਰੋਂ ਲਵਾਈਏ ਕੋਈ ਪੈਸਾ ਨਹੀਂ ਲਿਆ ਇਹਨਾਂ ਨੇ ਪਰਿਵਾਰ ਠੀਕ ਹੈ ਪਰਿਵਾਰ 'ਚ ਕਿੰਨੀ ਕੁ ਖੁਸ਼ੀ ਹੈਗੀ ਹੈ ਕਿ ਮਾਤਾ ਬੱਚੇ ਕਿੰਨੇ ਨੇ ਤੁਹਾਡੇ ਖੁਸ਼ ਨੇ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਦੋ ਬੱਚੇ ਆ ਦੋ ਬੱਚੇ ਨੇ ਜਦੋਂ ਦੇਖਦੇ ਨੇ ਮੰਮਾ ਦੀ ਨਿਗਾਹ ਠੀਕ ਹੋ ਗਈ ਕਿੰਨੇ ਖੁਸ਼ ਨੇ ਬੜੇ ਜ਼ਿਆਦਾ ਹਾਂਜੀ ਚਲੋ ਕੀ ਕਹੋਗੇ ਡਾਕਟਰ ਸਾਹਿਬ ਮੈਂ ਤਾਂ ਸ਼ਬਦ ਨਹੀਂ ਮਿਲ ਰਹੇ ਮੈਨੂੰ ਤਾਂ ਕਹਿਣ ਨੂੰ ਇੱਥੇ ਕੀ ਕਹਾਂਗੇ ਜੀ ਕੋਈ ਕੁਛ ਨਹੀਂ ਕਹਿ ਸਕਦਾ ਇਹ ਤਾਂ ਪਰਮਾਤਮਾ ਦੀ ਕਿਰਪਾ ਇਹਨਾਂ 'ਤੇ ਵੀ ਹੋਈ ਸਮਝੋ ਵੀ ਜੇ ਸਾਡੇ ਹੱਥਾਂ ਨਾਲ ਇਹਨਾਂ ਦਾ ਭਲਾ ਹੋਇਆ ਅਤੇ ਜਦੋਂ ਆਇਆ ਸੀ ਮੈਂ ਕੀ ਕਰੂੰ ਅਜੇ ਕੱਲ੍ਹ ਦੀ ਵੇਖੋ ਤੁਸੀਂ ਉਮਰ ਕਿੰਨੀ 30-35 ਸਾਲ ਦੀ ਉਮਰ ਹੈ ਇਹਦੀ ਅਤੇ ਦਿਸਦਾ ਕੋਈ ਇੱਕ ਅਕਸ਼ਰ ਨਹੀਂ ਦਿਸਦਾ ਹੈਂਡ ਮੂਵਮੈਂਟ ਨਹੀਂ ਹੈ ਅਤੇ ਮੈਨੂੰ ਦੱਸ ਰਿਹਾ ਸੀ ਬਿਜਲੀ ਨਾਲ 5-4 ਮਿੰਟ ਵਾਸਤੇ ਇਹ ਲੱਗੇ ਰਹਿ ਬਿਜਲੀ ਨਾਲ ਕੁਦਰਤੀ ਹੋਇਆ ਕਿਤੇ ਇਹ ਡਿੱਗ ਪਏ ਅਤੇ ਉੱਪਰੋਂ ਇਹਨਾਂ ਦਾ ਜੋ ਬਿਜਲੀ 'ਤੇ ਰੱਖਿਆ ਹੋਇਆ ਕੁੱਕਰ ਡਿੱਗ ਗਿਆ ਅਤੇ ਇਹਨਾਂ ਦਾ ਛੁਟਕਾਰਾ ਹੋਇਆ ਅਤੇ ਕਰਦਿਆਂ ਕਰਦਿਆਂ ਫਿਰ ਅੱਜ ਹੋਰ ਕੱਲ੍ਹ ਹੋਰ ਟ੍ਰੀਟਮੈਂਟ ਕਰਾਉਂਦੇ ਜਦੋਂ ਦੇਖਿਆ ਨਹੀਂ ਕਿਤੋਂ ਆਰਾਮ ਆ ਰਿਹਾ ਫਿਰ ਇਹਨਾਂ ਨੂੰ ਕਿਸੇ ਤਰੀਕੇ ਪਤਾ ਲੱਗਿਆ ਵੀ ਇੱਥੇ ਪਹੁੰਚ ਕੀਤੀ ਪਹਿਲਾਂ ਮੈਂ ਹੁਣ ਇਹਦਾ ਇਹ ਸੀ ਜੇ ਮਰੀਜ਼ਾਂ ਦਾ ਕੀ ਇਲਾਜ ਕੋਈ ਇਲਾਜ ਨਹੀਂ ਜਦੋਂ ਪੂਰੀ ਨਾੜਾਂ ਸੁੱਕ ਚੁੱਕੀਆਂ ਹੋਣ ਅਤੇ ਫਿਰ ਮੈਂ ਚਲੋ ਫਿਰ ਵੀ ਇਹ ਕਹਿੰਦੇ ਜੀ ਕੋਸ਼ਿਸ਼ ਕਰਕੇ ਦੇਖ ਲਓ ਮੈਂ ਚਲੋ ਬੈਠ 'ਚ ਫਿਰ 10 ਮਿੰਟ ਫਿਰ ਮਹਾਰਾਜ ਕਰੀ ਅਰਦਾਸ ਵੀ ਮਹਾਰਾਜ ਕਰੋ ਕਿਰਪਾ ਥੋੜ੍ਹੀ ਬਹੁਤ ਠੀਕ ਹੈ ਜੀ ਫਿਰ ਦਾਤੇ ਕਿਰਪਾ ਕਰੀ ਹੁਣ ਤੁਹਾਡੇ ਸਾਹਮਣੇ ਅਤੇ ਇਹ ਤਾਂ ਕੀ ਬੋਲਣ ਨੂੰ ਗੱਲਾਂ ਨੇ ਜੀ ਇਹ ਤਾਂ ਉਹ ਇਹ ਜਿਹਨੂੰ ਚਾਰ ਕਲੈਣਾਂ ਦਿਸਦੀਆਂ ਉਹ ਬੜੀਆਂ ਗੱਲਾਂ ਸੁਣਾਉਂਦਾ ਵੀ ਪੈਸੇ ਲੱਗਦੇ ਆ ਜੇ ਮੇਰਾ ਫਲਾਣਾ ਲੱਗਦਾ ਇੱਥੇ ਆਣ ਕੇ ਗੱਲ ਕਰੇ ਨਾ ਕੋਈ ਠੀਕ ਹੈ ਨਾ ਇਹੀ ਜਿਹੇ ਮਰੀਜ਼ਾਂ ਤੋਂ ਪੁੱਛੋ ਵੀ ਅੱਖਾਂ ਦੀ ਕੀ ਕੀਮਤ ਆ ਅਤੇ ਪੈਸੇ ਦੀ ਕੀ ਕੀਮਤ ਆ ਇੱਕ ਵੈਲਿਊ ਨਹੀਂ ਪੈਸਾ ਭਾਵੇਂ ਕਰੋੜ ਰੁਪਈਆ ਅਰਬਾਂ ਸਾਡੇ ਕੋਲ ਕਿਸੇ ਕੰਮ ਨਹੀਂ ਜਦੋਂ ਨਜ਼ਰ ਨਹੀਂ ਤਾਂ ਸਮਝੋ ਕੁਛ ਨਹੀਂ ਇਸ ਕਰਕੇ ਪਰਮਾਤਮਾ ਅੱਗੇ ਅਰਦਾਸ ਕਰੇ ਸਭ ਤੰਦਰੁਸਤ ਹੀ ਰਹਿਣ ਅਤੇ ਅਗਰ ਕਿਸੇ ਨੂੰ ਪ੍ਰੋਬਲਮ ਹੈ ਤਾਂ ਇੱਕ ਵਾਰੀ ਜ਼ਰੂਰ ਵਿਜਿਟ ਕਰਨ ਜੇ ਸਾਡੀ ਕੋਸ਼ਿਸ਼ ਨਾਲ ਕੋਈ ਠੀਕ ਹੋਵੇ ਤਾਂ ਸਾਨੂੰ ਬੜੀ ਖੁਸ਼ੀ ਹੋਵੇਗੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਅਸੀਂ ਡਾਕਟਰ ਸਾਹਿਬ ਨਾਲ ਵੀ ਜਿਹੜੀ ਗੱਲਬਾਤ ਕਰ ਲੈਂਦੇ ਹਾਂ ਹਾਂਜੀ ਅਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਦੋਂ ਇੱਕ ਮਰੀਜ਼ ਨੈਚੁਰਲ ਵਿਜ਼ਨ ਸੈਂਟਰ ਪਟਿਆਲੇ ਆਉਂਦਾ ਤਾਂ ਕਿਹੜੀਆਂ ਕਿਹੜੀਆਂ ਪ੍ਰੀਕੋਸ਼ਨਸ ਨੇ ਉਹਨਾਂ ਨੂੰ ਆਉਣ ਤੋਂ ਪਹਿਲਾਂ ਲੈਣੀਆਂ ਪੈਂਦੀਆਂ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਜੀ
सर मेरा नाम डॉक्टर मनोज कुमार है, मैं नेचुरल विजन सी मेडिकल ऑफिसर के रूप से काम करता पाया। तो पिछले कई साल तो मैं उरे मरीजों की सेवा भी करदा, तो उन्हों की अखा की जी प्रॉब्लम्स है उन्होंने जल्दी तो जल्दी दूर करने की कोशिश करदा। अच्छा डॉक्टर साहब, जदों थोड़े कोल इत्थे लोक आउण या जिहड़े मरीज़ इत्थे थोड़े कोल आउंदे ने, किहड़े प्रकोशनस लै के आउण? देखो साडे कोल जिहड़े मरीज़ आउंदे ने बेसिकली ज़्यादातर तो अखां दी रोशनी दी घाट करके आउंदे ने, वी उहनां दी अखां दी रोशनी किसी भी कारण घट जाती है, चाहे वह पर्दे की कमजोरी हैगी, चाहे वह मायूपिया की बीमारी हैगी, या छोटे बच्चे जिहड़े मतलब अजकल दूर दी ऐनक ते नाल बहुत परेशान ने, छोटी उम्र तो ही बच्चों के ऐनक लग गई, ऐसिया जिहड़ियां प्रॉब्लम्स हैं इन्हां दे वध तों वध मरीज आते हैं। पर जिहड़े वड्डे हुंदे ने, जिहड़े वड्डे मरीज है उन्हां च जिहड़ियां सब तो ज़्यादा जिहड़ियां बीमारियां नाल ग्रसित हुंदे ने, वो सब तो पहला हैगा शूगर, डायबिटिक शूगर, दूजे नंबर पर ब्लड प्रैशर हैगा, ये तीजे नंबर पर होर जिहड़ियां माइग्रेन है, किसी ने कोई ट्रोमैटिक जिहड़ियां, किसी ने कोई ऑपरेशन कराया सिर दा, या सिर दी सट लगी हुई है, या अख दी सट लगी हुई है, या वो ट्रोमा हो गया, गिर गए, कोई एक्सीडेंट दी हिस्ट्री है, तो ये चीज़ों का आपां थोड़ा जिहा कहिंदे आ वी ये चीज़ां दी असीं हिस्ट्री लैंदे आ, ताकि ये चीज़ों नाल जिहड़ा हैगा जे इन्हां करके अखां दी रोशनी दे उपर प्रभाव पै रहा, अखां दी रोशनी घट रही है, तो असीं चाहुंदे आ वी ये चीज़ों का इलाज जिहड़ा हैगा इसनूं डायबिटिक नूं जिवें आपां पूरा उहदा इलाज करते हुए उन्होंने बराबर मात्रा च अपनी शुगर लैवल अपना ठीक रखिए, तो ब्लड प्रैशर अपना नॉर्मल रखिए, ऐसे कुछ भी कारण करके, चाहे वह दवाई है, चाहे वह नमक छड़ के है, तली चीज़ा छड़ के है, ठीक है, ये सारिया चीज़ों आप मुख रखते हुए असं कहने भी शुगर बी पी तो कोई एक्सीडेंट या ट्रोमा जोड़ा है वो ना होया हो। लोग है जो आप अपनी दिक्कत परेशानियाँ दस रहे थे, हूँ थोड़ी मुलाकात हैगी उन्होंने करवा रहे हैं जिन्हां लोकां तों डॉक्टर विरक कोई सिंगल पैनी भी जिहड़ा वो नहीं लैंदे। तस्वीरां असीं तुहानूं दिखा रहे हैं इस वेले साडे नाल शख्स ने, सत श्री अकाल जी। सत श्री अकाल जी, की नाम है तुहाडा? जस कुमार जी। कित्थों आए हो? बठिंडा तों जी। बठिंडे तों आए हो, की प्रॉब्लम लैके आए सी जदों पहले दिन आए सी? मेरी जी अखां दी पिछों लाइट नहीं है जी। अच्छा, इहदा कोई आलड़ा वालड़ा जी इलाज नहीं है। अच्छा, हाँ जी, जदों मैं पहली बार आया तां मैनूं इक अखर भी नहीं दिखदा सी जी। अच्छा, हुण मैं 6-7 लाइनां पढ़ियां ने जी। अच्छा, हाँ जी, मैनू बहुत फर्क है अगे नो। अच्छा, मैं कईयों कहना क्या भी है भेजा भी है इतने करे आओ तो अखा दिखा के जाओ। तो कोई पैसा भी लिया मुफ्त ट्रीटमेंट? मुफ्त एक रुपया नहीं लिया जी। अच्छा, वो किवें जी? डॉक्टर के नज़र टैसट करन दे पैसे ले लेंदे ने? बिल्कुल ले लेने जी। मैंने इन्होंने पूछा भी तुम कारोबार की कर दो, मैं कहने मैं दिहाड़ी करदा जी, इन्होंने उस तो बाद मेरे को एक रुपया नहीं लिया जी। हाँ जी, फर्क किन्ना क्या हूँ थोनू? 20% फर्क है जी। मैंने तो रस्ते जाते सांड भी नहीं दिखते जी रात को, हूँ मैं सब कुछ दिखता रात को भी। अच्छा, हाँ जी जी जी, की प्रॉब्लम सी डॉक्टर साहब? इन्हों भी रेटिनाइटिस पिगमेंटोसा जानी कि RP की जिन्होंने पर्दे की प्रॉब्लम कह दें, उही जी जे अगे मैं तुम दस जे गिल साहब आए थे USA तो, जिन्हों के बेटे डॉक्टर से, यह सेम प्रॉब्लम इन्हों जो अगे एक पेशेंट होर आप मिले RP वाला बजाज साहब, यह सेम प्रॉब्लम इन्हों की, और इन्होंने तो बस हैंड मूवमेंट भी नहीं जो आए थे, हूँ तो बहुत वधिया चल फिर सकते आपका क्रियाक्रम करते हैं, बहुत वधिया जी। अपने आप जोगे हो गए? हाँ जी, अगे ना बहुत फर्क है जी, बहुत ज़्यादा फर्क है। पहला मैंने कोई काम तो कोई नहीं रखता सगा, हूँ मैं किसी को दिहाड़ी भी कर लेना जी। अच्छा, माड़ा मोटी दिहाड़ी मिल जाती, नहीं तो वेला फिर मैं जी हूँ कम लग गए जी। काम वाले बंदे तो वैसे औखा हो जाते हाले जी, उम्र भी 50 साल जी, घर वेला भी नहीं बैठा जाता जी, ना जवाक पुछणगे पुट के। चलो काम करन जोगे हो गए जी। चलो ठीक है जी, ठीक है ठीक है। सो अच्छा जी डॉक्टर साहब, एक होर बड़ा अहम मसला हैगा, ये जी प्रॉब्लम है ये क्यों आ जाती है जी? अंधराते की प्रॉब्लम ये नेचुरल होंगी है जी। हाँ, ये कोई जरूरी नहीं भी किसी करके आँदी है, पर जिन्ना ही आप केयर करांगे, डाइट चंगी रखांगे, तो उस दे नाल प्रॉब्लम कोई भी नहीं आएगी, निगाह भी नहीं घटेगी। इस करके आपां नूं डाइट वधिया रखनी चाहिए है, तो अखा का पूरा ध्यान रखना चाहिए ता जो असीं हमेशा ही तंदुरुस्त रहिए। ਸਾਡੇ ਨਾਲ ਇਹਨਾਂ ਦੀ ਮਿਸਿਜ ਵੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਡਿੰਪਲ। ਅੱਛਾ, ਕੀ ਪ੍ਰੋਬਲਮ ਆਈ ਸੀ ਬ੍ਰਦਰ ਨੂੰ? ਇਹਨਾਂ ਨੂੰ ਬਸ ਹੌਲੀ ਹੌਲੀ ਇਹਨਾਂ ਦੀ ਨਿਗਾਹ ਜਾਂਦੀ ਰਹੀ। ਹਾਂਜੀ, ਫਿਰ ਕਾਫੀ ਜਗ੍ਹਾ ਅਸੀਂ ਮਤਲਬ ਇੱਧਰ ਜਿਹੜਾ ਵੀ ਕੋਈ ਕਹਿ ਦਿੰਦਾ ਸੀ ਵੀ ਇੱਧਰ ਜਾਓ ਉੱਧਰ ਜਾਓ, ਹਰ ਇੱਕ ਥਾਂ 'ਤੇ ਗਏ ਹਾਂ, ਪਰ ਲੇਕਿਨ ਸਾਨੂੰ ਕੋਈ ਸਫਲਤਾ ਨਹੀਂ ਮਿਲਦੀ ਸੀਗੀ।
फिर असी एक दिन फेसबुक से ही डॉक्टर साहब देखी ऐड देखी सी उन्होंने थ्रू ही असं आए फेसबुक से भरोसा हो गया सी। हाँ जी हाँ जी भरोसा करांगे ताइयो देखो रिजल्ट मिलेंगे जो अस भरोसा किया तो देखो वो देखने भी लग गए ने है ना जो भरोसा हैगा तो उन्होंने पहले घर च की प्रॉब्लम होंगी जो बिल्कुल डाउन सी नज़र इन्हों की बस आई डी नाल ही मतलब कोई इन्हों कोई इन्हों गां नहीं दिखती सी कोई इन्हों अंधेरे होने तो बाहर जाते ही नहीं सके। हाँ जी अजकल चले जाते नहीं बाहर नहीं हाँ हूँ चले जाते हैं मतलब उन्होंने ये ठीक हो रहे ने फिर मैं दो पेशेंट तीन पेशेंट होर मेरे नाल आए है उन्होंने देख के भी हाँ जिन्हें बिल्कुल नज़र डैमेज सी जब उन्होंने फर्क पै गया तो सानू तो पैना ही चाहिए है। हाँ जी बहुत बहुत शुक्रिया जी सारी गलबात लई सो ये तस्वीर ने जिहड़ियां असीं तुहानू दिखाईआं ने इस वेले सो इस उम्मीद नाल इस आस नाल कि आने वाले समय के तुसी ये वीडियो उन्हां लोकां नाल जरूर शेयर करोगे जिन्हां लोकां नूं दिक्कत परेशानी उन्हां दीआं अक्खां करके जिहड़ी वो आ रही है उन्हां लोकां तक ये वीडियो जरूर शेयर कर दिओ जो थां थां तो भटक चुके ने पर उन्हां दा इलाज उन्हां दा ट्रीटमेंट है जिहड़ा अजे तक किसी पास्यो संभव नहीं हो सकिया। सो ये वीडियो दे हेठां असी नंबर चला दित्ते ने उस नंबरां दे उत्ते तुसी शामी 6 बजे तो लैके 8 बजे तक शाम नूं 6 तो लैके शामी 8 बजे तक 2 घंटे वास्ते जिहड़े नंबर खुलते हैं उन्होंने नंबरों के उत्ते अपॉइंटमेंट फिक्स करनी होंगी है अपॉइंटमेंट फिक्स करन तो बाद ही डॉक्टर जिहड़े विक्रमजीत विरक हैगे ने वो मरीजों नूं चैक करते हैं। कासिफ फारूकी हकीकत टीवी पंजाबी पिंड बारन पटियाला।